ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਜਿਨ੍ਹਾਂ ਖੇਤਾਂ ਦੇ ਵਿੱਚ ਗੁਲਦੀ ਡੰਡਾ ਅੜੀਆਲ ਹੋ ਚੁੱਕਿਆ ਕਿਉਂਕਿ ਜਿਹੜਾ ਗੁਲਦੀ ਡੰਡਾ ਹੈ ਕਣਕ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜੇਕਰ ਆਪਾਂ ਨੂੰ ਸਮੇਂ ਸਿਰ ਜਾਂ ਕੰਟਰੋਲ ਨਹੀਂ ਕਰਦੇ ਤਾਂ ਆਪਣੇ ਕਣਕ ਦੇ ਝਾਰਤੇ ਬਹੁਤ ਜ਼ਿਆਦਾ ਫਰਕ ਪਾਉਂਦਾ ਤੇ ਅਗਲੇ ਸਾਲ ਵਾਸਤੇ ਆਪਣਾ ਬੀਜ ਆਪਣੇ ਖੇਤਾਂ ਦੇ ਵਿੱਚ ਬਣਾ ਲਿੰਦਾ ਤੇ ਅਗਲੇ ਸਾਲ ਆਪਣੇ ਖੇਤਾਂ ਦੇ ਵਿੱਚ ਅੜੀਆਲ ਹੋ ਜਾਂਦਾ ਜਿਸ ਕਰੇ ਆਪਣੇ ਕਣਕ ਤੋਂ ਦਬਾ ਲਿੰਦਾ ਤੇ ਕਣਕ ਦੇ ਝਾਰਤੇ ਬਹੁਤ ਜਿਆਦਾ ਪ੍ਰਭਾਵ ਪੈਂਦਾ ਕਣਕ ਦਾ ਝਾੜ ਤੇ ਅਸਰ ਬਹੁਤ ਪੈਂਦਾ ਅੱਜ ਆਪਾਂ ਤੁਹਾਡੇ ਨਾਲ ਇੱਕ ਇਹੋ ਜਿਹਾ ਕੰਬੀਨੇਸ਼ਨ ਸ਼ੇਅਰ ਕਰਾਂਗੇ ਜਿੰਨੂੰ ਆਪਾਂ ਸਪਰੇਅ ਕਰਕੇ ਆਪਾਂ ਆਪਣੇ ਖੇਤਾਂ ਵਿੱਚ ਝਾੜੀਅਲ ਗੁਲਦੀ ਡੰਡੇ ਨੂੰ ਪੂਰਨ ਤੌਰ ਤੇ ਜਾਨਕਿ ਕਾਫੀ ਹਾਤਾ ਕੰਟਰੋਲ ਕਰ ਸਕਦੇ ਆ ਜਿਹੜਾ ਇਹ ਕੰਬੀਨੇਸ਼ਨ ਆਪਾਂ ਕੋਰ ਤੇ ਸਪਰੇਅ ਵੀ ਕਰ ਸਕਦੇ ਆ ਜਿਹੜੇ ਵੀਰਾਂ ਨੇ ਅਜੇ ਪਾਣੀ ਲਗਾਉਣਾ ਗੁਲਦੀ ਡੰਡਾ ਉੱਗਿਆ ਹੋਇਆ ਏ ਤੇ ਜੇਕਰ ਕੋਸ਼ਿਸ਼ ਕਰੋਗੇ ਜੇਕਰ ਗੁਲਦੀ ਡੰਡਾ ਆਪਣਾ ਪਾਣੀ ਲਗਾਉਣ ਤੋਂ ਬਾਅਦ ਉੱਗਦਾ ਜਾਂ ਆਪਣੇ ਛੋਟਾ 2-3 ਪੱਤਿਆਂ ਤੋਂ ਜ਼ਿਆਦਾ ਨਹੀਂ ਹੁੰਦਾ ਤਾਂ ਫਿਰ ਜੇਕਰ ਇਸ ਦਾ ਵਧੀਆ ਜਲਟ ਲੈਣ ਦੇ ਪਾਣੀ ਦੀ ਆਪਣੀ ਪਾਣੀ ਲਾਉਣ ਤੋਂ ਬਾਅਦ ਇਸ ਦੀ ਸਪਰੇਅ ਕਰੋ ਕਿਉਂਕਿ ਜਿਹੜਾ ਆਪਾਂ ਪਾਣੀ ਲਾਉਣ ਤੋਂ ਬਾਅਦ ਆਪਾਂ ਇਸ ਦੀ ਸਪਰੇਅ ਕਰਾਂਗੇ ਇਹਨੂੰ ਆਪਾਂ ਜਦੋਂ ਆਪਣਾ ਜ਼ਮੀਨ ਦੇ ਵਿੱਚ ਬੱਤਰ ਹੁੰਦਾ ਨਵੀਂ ਹੁੰਦੀ ਹੈ ਤੇ ਇਹ ਦਵਾਈ ਬਹੁਤ ਵਧੀਆ ਅਸਰ ਕਰਦੀ ਤੇ ਇਹ ਜਿਹੜਾ ਵੀ ਆਪਾਂ ਉਹ ਦਵਾਈ ਸਪਰੇਅ ਕਰਾਂਗੇ ਇਹ ਗੁੱਲੀ ਡੰਡੇ ਦੇ ਪੱਤਿਆਂ ਤੋਂ ਲੈ ਕੇ ਜੜ ਤੱਕ ਅਸਰ ਕਰੇਗੀ ਜਿਸ ਨਾਲ ਆਪਾਂ ਇਸ ਨੂੰ ਜੜ ਤੋਂ ਖਤਮ ਕਰ ਸਕਦੇ ਆ ਇਹ ਕੰਬੀਨੇਸ਼ਨ ਦੋ ਤੋਂ ਤਿੰਨ ਸਾਲ ਟੈਕਨੀਕਲ ਨੇ ਦੇ ਵਿੱਚ ਤੇ ਆਪਾਂ ਧਿਆਨ ਨਾਲ ਵਰਤਣਾ ਤੇ ਆਪਾਂ ਆਪਣੇ ਖੇਤਾਂ ਵਿੱਚ ਚੌੜੀਆ ਗੁਲੀ ਡੰਡੇ ਨੂੰ ਕਾਫੀ ਹੱਦ ਤੱਕ ਜਾਨੀ ਕਿ ਬਹੁਤ ਹੱਦ ਤੱਕ ਆਪਾਂ ਇਸ ਨੂੰ ਕੰਟਰੋਲ ਕਰ ਸਕਦੇ ਆ ਜੇਕਰ ਆਪਾਂ ਇਸ ਦੀ ਸਹੀ ਸਮੇਂ ਤੇ ਆਪਾਂ ਦਾ ਸਹੀ ਡੋਜ਼ ਤੇ ਆਪਾਂ ਸਪਰੇਅ ਕਰਦੇ ਆ ਕਿਉਂਕਿ ਇਸ ਜਿਹੜਾ ਕੰਬੀਨੇਸ਼ਨ ਦੀ ਜੇ ਆਪਾਂ ਜੇ ਡੋਜ਼ ਵੱਧ ਪਾ ਲਈ ਨੂੰ ਤੇ ਆਪਣੇ ਕਣਕ ਨੂੰ ਝਟਕਾ ਲੱਗਣ ਦਾ ਵੀ ਡਰ ਰਹਿੰਦਾ ਬਸ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਜੀ ਆਪਣੀ ਜ਼ਮੀਨਾਂ ਦੇ ਹਿਸਾਬ ਦੇ ਨਾਲ ਉਨੀ ਕ ਆਪਾਂ ਡੋਜ਼ ਰੱਖਣੀ ਜਿੰਦੇ ਨਾਲ ਆਪਣਾ ਕਣਕ ਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਜਿਹਨਾਂ ਖੇਤਾਂ ਵਿੱਚ ਜਾਂ ਟੋਪਿਕ ਨਾਲ ਜਾਂ ਇਸੋ ਪ੍ਰੋਟੋ ਰਾਨ ਨਾਲ ਗੁਲੀ ਰੰਡਾ ਕੰਟਰੋਲ ਨਹੀਂ ਹੁੰਦਾ ਜਾਂ ਕੱਲੇ ਲੀਡਰ ਵਾਲੇ ਟੈਕਨੀਕਲ ਨਾਲ ਸਲਫੋਸਲਫੂਰਾਨ ਨਾਲ ਦੇ ਨਾਲ ਵੀ ਆਪਣਾ ਗੁਲੀ ਰੰਡਾ ਕੰਟਰੋਲ ਨਹੀਂ ਹੁੰਦਾ ਤੇ ਆਪਾਂ ਇਸ ਕੰਬੀਨੇਸ਼ਨ ਨੂੰ ਕੰਬੀਨੇਸ਼ਨ ਵਰਤ ਸਕਦੇ ਆ ਇਹ ਜਿਹੜਾ ਆਪਣਾ ਦਵਾਈ ਏ ਜਿਹੜਾ ਟੈਪ ਟੈਕਨੀਕਲ ਨੇ ਇਹ ਗੁਲੀ ਰੰਡੀ ਦੇ ਨਾਲ ਨਾਲ ਕਾਫੀ ਹੱਦ ਤੱਕ ਜਿਹੜੇ ਚੌੜੇ ਪੱਤੇ ਨਦੀਨਾਂ ਨੂੰ ਵੀ ਕਾਫੀ ਹੱਦ ਤੱਕ ਕੰਟਰੋਲ ਕਰਦਾ ਇਹ ਆਪਾਂ ਜੀ ਜਿਹੜਾ ਲੈਣਾ ਲੀਡਰ ਵਾਲਾ ਲੀਡਰ ਵਾਲਾ ਟੈਕਨੀਕਲ ਸਲਫੋਸਲਫੂਰਾਨ ਜੇਕਰ ਕਲਾ ਤੁਸੀਂ ਲੀਡਰ ਵਰਤਨਾ ਤੇ ਨਾਲ ਆਪਾਂ ਇਸ ਦੇ ਨਾਲ 25 ਗ੍ਰਾਮ ਤੋਂ ਲੈ ਕੇ 40 ਗ੍ਰਾਮ ਤੱਕ ਸੰਕੋਰ ਵਾਲਾ ਸਾਲਟ ਟੈਕਨੀਕਲ ਮੈਟਰੀ ਬਿਊਜਨ ਆਪਾਂ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਾਂ ਇਸ ਨੂੰ ਵਰਤ ਸਕਦੇ ਹਾਂ 25 ਗ੍ਰਾਮ ਤੋਂ ਲੈ ਕੇ ਲੀਡਰ ਵਾਲਾ ਟੈਕਨੀਕਲ ਜਿਹੜਾ ਸਲਫੋਸਲਫੂਰਾਨ ਆਉਂਦਾ 25 ਗ੍ਰਾਮ ਤੋਂ ਲੈ ਕੇ 40 ਗ੍ਰਾਮ ਤੱਕ ਆਪਾਂ ਇਸ ਨੂੰ ਵਰਤ ਸਕਦੇ ਹਾਂ ਬਾਕੀ ਧਿਆਨ ਰੱਖਣਾ ਜਿਹੜੇ ਹਲਕੇ ਤੇ ਰੇਤ ਰੇਵਾਨ ਨੇ ਕਿਉਂਕਿ ਉਹਨਾਂ ਵਿੱਚ ਮੈਗਜ਼ੀਨ ਦੀ ਕਾਰਟ ਪਹਿਲਾਂ ਹੀ ਹੁੰਦੀ ਹੈ ਜਿਹੜੀ ਮੈਟਰੀ ਬਿਊਜਨ ਹੈ ਸੰਕੋਰ ਵਾਲਾ ਟੈਕਨੀਕਲ ਹੈ ਇਹ ਥੋੜੀਕ ਆਪਣੇ ਹੋਰ ਕਾਟ ਲਿਆ ਦਿੰਦਾ ਜਿਸ ਕਰਕੇ ਕਣਕ ਨੂੰ ਝੜਕਾ ਲੱਗਣ ਦਾ ਜਗ੍ਹਾ ਜਾਂ ਕਣਕ ਸੜਨ ਦਾ ਡਰ ਰਹਿੰਦਾ। ਬਾਕੀ ਹਲਕੀਆਂ ਤੇ ਜਿਹੜੇ ਰੇਤਲੇ ਜ਼ਮੀਨਾਂ ਵਾਲੇ ਨੇ ਇਹਨੂੰ ਆਪਣੇ ਥੋੜੀ ਈਰੀ ਵਿੱਚ ਪਲਾਵਰਤ ਕੇ ਟ੍ਰਾਇਲ ਕਰਨ ਜੇਕਰ ਵਧੀਆ ਰਿਜ਼ਲਟ ਮਿਲਦਾ ਤਾਂ ਡੋਜ਼ ਇਸ ਕਰਕੇ ਵੀ ਡੋਜ਼ 25 ਗ੍ਰਾਮ ਤੋਂ ਲੈ ਕੇ ਆਪਾਂ 40 ਗ੍ਰਾਮ ਤੱਕ ਇਸ ਦੀ ਆਪਾਂ ਡੋਜ਼ ਪਾ ਸਕਦੇ ਹਾਂ ਬਾਕੀ ਜ਼ਮੀਨ ਦੇ ਹਿਸਾਬ ਦੇ ਨਾਲ। ਤੇ ਜੇਕਰ ਆਪਾਂ ਨਾਲ ਚੌੜੀ ਪੱਤੀਆਂ ਵੈਸੇ ਜਿਹੜਾ ਸੰਪੂਰਵ ਟੈਕਨੀਕਲ ਇਹ ਮੈਟਰੀਬਿਉਜਨ ਇਹ ਚੌੜੀ ਪੱਤੀ ਨਦੀਨਾਂ ਨੂੰ ਕਾਫੀ ਤੱਕ ਕੰਟਰੋਲ ਕਰਦਾ ਜੇਕਰ ਆਪਣੇ ਖੇਤਾਂ ਵਿੱਚ ਗੁਲੀ ਰੰਡਾ ਅੜਿਆ ਹੋ ਚੁੱਕਿਆ ਨਾਲ ਚੌੜੀ ਪੱਤੀ ਨਦੀਨ ਵੀ ਹੈਗੇ ਨੇ ਫਿਰ ਇੱਕ ਆਪਾਂ ਮਾਰਕੀਟ ਦੇ ਵਿੱਚ ਆਉਂਦਾ ਟੋਟਲ ਦੇ ਨਾਮ ਤੇ ਜਾਂ ਮਾਰਕ ਪਾਵਰ 75 W G ਜਿੰਦੇ ਵਿੱਚ ਦੋ ਟੈਕਨੀਕਲ ਹੁੰਦੇ ਨੇ ਸਲਫੋਸਲਫੂਰਾਨ ਪਲਸ ਮੈਟਸਲਫੂਰਾਨ ਜਿਹੜਾ ਸਲਫੋਸਲਫੂਰਾਨ ਹੈ ਇਹ ਆਪਣਾ ਲੀਡਰ ਵਾਲਾ ਟੈਕਨੀਕਲ ਹੈ ਜਿਹੜਾ ਮੈਟਸਲਫੂਰਾਨ ਇਹ ਜਿਹੜਾ ਆਪਣਾ ਐਲ ਗ੍ਰਿਪ ਵਾਲਾ ਇਹਨਾਂ ਅਲੱਗ-ਅਲੱਗ ਰਿਪੋਰਟ ਟੈਕਨੀਕਲ ਇਹ ਵੀ ਚੌੜੀ ਪੱਤੀਆਂ ਨੂੰ ਨਦੀਨਾਂ ਨੂੰ ਕਾਫੀ ਤੱਕ ਕੰਟਰੋਲ ਕਰਦਾ ਤਾਂ ਆਪਾਂ ਇਸ ਨਾਲ ਵੀ 25 ਗ੍ਰਾਮ ਤੋਂ ਲੈ ਕੇ 40 ਗ੍ਰਾਮ ਤੱਕ ਆਪਾਂ ਮੈਟਰੀਬੂਜਨ ਨਾਲ ਮਿਕਸ ਕਰ ਸਕਦੇ ਹਾਂ ਸਪਰੇਅ ਕਰ ਸਕਦੇ ਹਾਂ ਇਹ ਐ ਸਪਰੇਅ ਆਪਾਂ ਜੇਕਰ ਆਪਣਾ ਗੁਲੀ ਡੰਡਾ ਵੱਡਾ ਹੁੰਦਾ ਦਿਸਦਾ ਵੀ ਜੇਕਰ ਆਪਾਂ ਪਾਣੀ ਲਾਉਣ ਤੋਂ ਬਾਅਦ ਆਪਾਂ ਸਪਰੇਅ ਕਰਦੇ ਹਾਂ ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ ਪਰ ਜੇਕਰ ਆਪਣਾ ਗੁਲੀ ਡੰਡਾ ਵੱਡਾ ਹੈ ਕਿਉਂਕਿ ਜੇਕਰ ਆਪਾਂ ਗੁਲੀ ਡੰਡਾ ਵੱਡਾ ਕਰਕੇ ਸਪਰੇਅ ਕਰਦੇ ਹਾਂ 2 ਤੋਂ 3 ਪੱਤਿਆਂ ਤੋਂ ਜ਼ਿਆਦਾ ਹੋ ਜਾਂਦਾ ਤਾਂ ਫਿਰ ਕੋਸ਼ਿਸ਼ ਕਰੋ ਕਿ ਫਿਰ ਕੋਰਟੇ ਸਪਰੇਅ ਕਰ ਦੋ ਪਰ ਕੋਰਟੇ ਸਪਰੇਅ ਕਰਨ ਤੋਂ ਜਾਨੀ ਕਿ 3 ਦਿਨ ਬਾਅਦ ਤੀਜੇ ਦਿਨ ਆਪਾਂ ਨੂੰ ਪਾਣੀ ਲਾਉਣਾ ਜ਼ਰੂਰੀ ਏ ਜੇਕਰ ਆਪਾਂ ਜਿਵੇਂ ਜਿਵੇਂ ਪਾਣੀ 延迟 ਕਰਦੇ ਜਾਵਾਂਗੇ ਆਪਾਂ ਨੂੰ ਇਸ ਦਵਾਈ ਦਾ ਰਿਜ਼ਲਟ ਨਹੀਂ ਮਿਲਣਾ ਇਸ ਕਰਕੇ ਜੇ ਕੋਰਟੇ ਸਪਰੇਅ ਕਰਨੀ ਏ ਜੀ ਲੀਟਰ ਤੁਸੀਂ ਕੱਲਾ ਵਰਤਣਾ ਸਲਫੋਸਲਫੁਰਾਨ ਤਾਂ 25 ਗ੍ਰਾਮ ਤੋਂ ਲੈ ਕੇ ਆਪਾਂ 40 ਗ੍ਰਾਮ ਤੱਕ ਮੈਟਰੀਬੋਜਨ ਜਾਨੀ ਕਿ ਸੰਕੋਰ ਪਾ ਸਕਦੇ ਆ ਜੇਕਰ ਆਪਾਂ ਟੋਟਲ ਜਾ ਮਾਰਕ ਪਾਵਰ ਬਾਜ਼ਾਰ ਵਿੱਚੋਂ ਦੋ ਕੰਬੀਨੇਸ਼ਨ ਆਉਂਦੇ ਨੇ ਇਹਦੇ ਵਿੱਚ ਇੱਕ ਲੀਟਰ ਵਾਲਾ ਟੈਕਨੀਕਲ ਸਲਫੋ ਸਲਫੂਰਾਨ ਪਲੱਸ ਮੈਟ ਸਲਫੂਰਾਨ ਇਹਦੇ ਨਾਲ ਵੀ ਆਪਾਂ 25 ਗ੍ਰਾਮ ਤੋਂ ਲੈ ਕੇ 40 ਗ੍ਰਾਮ ਤੱਕ ਸੰਕੂਰ ਵਾਲਾ ਟੈਕਨੀਕਲ ਯਾਨੀ ਕਿ ਮੈਟਰੀਬਿਊਜਨ ਪਾ ਸਕਦੇ ਆ ਬਾਕੀ ਕੋਸ਼ਿਸ਼ ਕਰੋਗੇ ਪਹਿਲਾਂ ਯਾਨੀ ਕਿ ਆਪਣੇ ਖੇਤਾਂ ਦੇ ਵਿੱਚੋਂ ਵੱਖ-ਵੱਖ ਥਿਆਰਿਆਂ ਦੇ ਵਿੱਚ ਇੱਕ ਤੋਂ 25 ਗ੍ਰਾਮ ਪਾ ਕੇ ਜਾਂ 30 ਗ੍ਰਾਮ ਪਾ ਕੇ ਟ੍ਰਾਇਲ ਕਰੋ ਵੀ ਜਿੱਥੇਗਾ ਤੁਹਾਡੀ ਡੋਜ਼ ਸੈੱਟ ਲੱਗਦੀ ਏ ਵੀ ਜਿੱਥੇ ਆਪਾਂ ਨੂੰ ਕਣਕ ਨੂੰ ਝੜਕਾ ਵੀ ਨਾ ਲੱਗੇ ਤੇ ਆਪਣੇ ਜਿਹੜੇ ਦਿਨ ਵੀ ਕਾਫੀ ਹੱਦ ਤੱਕ ਕੰਟਰੋਲ ਹੋ ਜੀ ਉੱਥੇ ਆਪਣੀ ਡੋਜ਼ ਸੈੱਟ ਕਰ ਸਕਦੇ ਹੋ ਬਾਕੀ ਆਪਾਂ ਇਸ ਦੀ ਰੋਜ਼ 25 ਗ੍ਰਾਮ ਤੋਂ ਲੈ ਕੇ 40 ਗ੍ਰਾਮ ਤੱਕ ਪਾ ਸਕਦੇ ਹਾਂ ਬਾਕੀ ਜਿਹੜੇ ਭਾਰੇਮਾਨ ਨੇ ਉਹਨਾਂ ਵਿੱਚ ਕਈ ਵੀਰ 40 ਗ੍ਰਾਮ ਤੱਕ ਵੀ ਡੋਜ਼ ਦੇ ਵਧੀਆ ਜੱਟ ਲੈ ਸਕਦੇ ਬਾਕੀ ਹਲਕੇਮਾਨਾਂ ਦੇ ਵਿੱਚ ਥੋੜਾ ਕ ਕਣਕ ਨੂੰ ਝੜਕਾ ਲੱਗਦਾ ਡਰ ਲੈਂਦਾ ਕਿਉਂਕਿ ਮੈਟਰੀਬਿਊਜਨ ਦੇ ਜਿੱਥੇ ਸਪਰੇਅ ਕਰਦੇ ਆ ਉੱਥੇ ਮੈਗਜ਼ਿਨ ਦੇ ਘਾਟ ਜ਼ਿਆਦਾ ਆਉਂਦੀ ਏ ਇਸ ਕਰਕੇ ਜਿਹੜੇ ਵੀ ਹਲਕੇ ਜਾਂ ਰੇਤਲੇ ਵਾਹਨਾਂ ਦੇ ਵਿੱਚ ਸਪਰੇਅ ਕਰਨੀ ਹੈ ਤਾਂ ਪਹਿਲਾਂ ਮੈਗਜਿਨ ਦੀ ਸਪਰੇਅ ਜ਼ਰੂਰ ਕਰਨੀ ਚਾਹੀਦੀ ਹੈ। ਉੱਥੇ ਉਹਨਾਂ ਵਨ ਖੇਤਾਂ ਦੇ ਵਿੱਚ ਤਾਂ ਪਹਿਲਾਂ ਹੀ ਮੈਗਜਿਨ ਦੀ ਕਾਰਟ ਹੁੰਦੀ ਹੈ। ਬਾਕੀ ਜਿੱਥੇ ਵੀ ਆਪਾਂ ਮੈਟਰੀਬਿਉਨ ਯੂਜ਼ ਕਰਦੇ ਹਾਂ, ਦਵਾਈ ਵਰਤਦੇ ਹਾਂ ਪਲੇ ਹਲਕੇ ਜਾਂ ਭਾਰੇ ਵਾਹਨ ਨੇ ਆਪਾਂ ਨੂੰ ਇੱਕ ਸਪਰੇਅ ਜਿੱਥੇ ਕਾਰਟ ਨਹੀਂ ਵੀ ਆਉਂਦੀ ਤੇ ਜਿੱਥੇ ਆਪਾਂ ਮੈਟਰੀਬਿਉਨ ਆਪਾਂ ਸੰਕੋਰ ਵਾਲਾ ਟੈਕਨੀਕਲ ਵਰਤਨਾ ਤੇ ਉੱਥੇ ਆਪਾਂ ਨੂੰ ਇੱਕ ਸਪਰੇਅ ਮੈਗਜਿਨ ਦੀ ਜ਼ਰੂਰ ਕਰਨੀ ਚਾਹੀਦੀ ਹੈ। ਬਾਕੀ ਜਿਹੜੇ ਇਹਨਾਂ ਦਾ ਕੰਬੀਨੇਸ਼ਨ ਏ ਮੈਟਸਲਫੁਰਾਨ ਜਾਂ ਆਪਾਂ ਟੋਟਲ ਵਾਲਾ ਟੈਕਨੀਕਲ ਨੇ ਟੋਟਲ ਪਲੱਸ ਮਾਰਕ ਪਾਵਰ ਜੇ ਦੋ ਟੈਕਨੀਕਲ ਨੇ ਇਹਦੇ ਨਾਲ ਆਪਾਂ 25 ਗ੍ਰਾਮ ਤੋਂ ਲੈ ਕੇ 40 ਗ੍ਰਾਮ ਤੱਕ ਆਪਾਂ ਸੰਕੂਰ ਮੈਟਰੀਬੂਜਨ ਦਵਾਈ ਮਿਕਸ ਕਰਕੇ ਸਪਰੇਅ ਕਰ ਸਕਦੇ ਆ ਜੇਕਰ ਆਪਣਾ ਗੁਲੀ ਰੰਡਾ ਵੱਡਾ ਹੁੰਦਾ ਦਿਸਦਾ ਵੀ ਪਾਣੀ ਤੋਂ ਬਾਅਦ ਜੇਕਰ ਗੁਲੀ ਰੰਡਾ ਆਪਣਾ ਵੱਡਾ ਹੋ ਜਾਂਦਾ ਦੋ ਤੋਂ ਤਿੰਨ ਪੱਤਿਆਂ ਤੋਂ ਫਿਰ ਇਸ ਨੂੰ ਕੰਟਰੋਲ ਕਰਨ ਦਾ ਔਖਾ ਹੁੰਦਾ ਇਸ ਕਰਕੇ ਜੇਕਰ ਕੋਰ ਤੇ ਆਪਾਂ ਨੂੰ ਸਪਰੇਅ ਕਰਨੀ ਹੈ ਆਪਾਂ ਇਸ ਨੂੰ ਕੋਰ ਤੇ ਸਪਰੇਅ ਵੀ ਕਰ ਸਕਦੇ ਆ ਬਸ ਤੀਜੇ ਦਿਨ ਆਪਾਂ ਨੂੰ ਪਾਣੀ ਲਾਉਣਾ ਜ਼ਰੂਰੀ ਏ ਕਿਉਂਕਿ ਜਦੋਂ ਆਪਾਂ ਪਾਣੀ ਲੇਟ ਕਰਾਂਗੇ ਤਾਂ ਇਸ ਦਾ ਰਿਜ਼ਲਟ ਇਸ ਦਵਾਈ ਦਾ ਆਪਾਂ ਨੂੰ ਉਹਨਾਂ ਰਿਜ਼ਲਟ ਨਹੀਂ ਮਿਲਣਾ ਤੇ ਨਾ ਆਪਣੇ ਫਿਰ ਦੀਰ ਘੱਟ ਕੰਟਰੋਲ ਹੋਣਗੇ ਇਸ ਕਰਕੇ ਜੇਕਰ ਆਪਣਾ ਪਾਣੀ ਲਾਉਣ ਤੋਂ ਬਾਅਦ ਆਪਾਂ ਸਪਰੇਅ ਕਰਨੇ ਆ ਤਾਂ ਬਹੁਤ ਵਧੀਆ ਰਿਜ਼ਲਟ ਇਸ ਦਾ ਮਿਲਦਾ ਬਾਕੀ ਰਿਜ਼ਲਟ ਪਹਿਲਾਂ ਵੀ ਬਹੁਤ ਵਧੀਆ ਮਿਲਦਾ ਜੇਕਰ ਆਪਾਂ ਕੋਰ ਤੇ ਸਪਰੇਅ ਕਰਦੇ ਆ ਬਾਕੀ ਜਦਾਂ ਕਿ ਫਿਰ ਖੇਤਾਂ ਦੇ ਵਿੱਚ ਨਮੀ ਆ ਜਾਂਦੀ ਹੈ ਸਪਰੇਅ ਸਹੀ ਟਾਈਮ ਤੇ ਹੋ ਜਾਂਦੀ ਹੈ ਤੇ ਆਪਣਾ ਗੁਲੀ ਡੰਡਾ ਵੀ ਜੇਕਰ ਵੱਡਾ ਬਾਹਲਾ ਨਹੀਂ ਹੁੰਦਾ ਤਾਂ ਆਪਾਂ ਆਪਣੇ ਖੇਤਾਂ ਦੇ ਵਿੱਚੋਂ ਜਿਹੜਾ ਅੜੀਏ ਗੁਦੀਂਡਾ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਆ ਇਹ ਕੰਬੀਨੇਸ਼ਨ ਜੀ ਜੀ ਲੀਟਰ ਕਲ ਦਾ ਸਪਰੇਅ ਕਰਨੀ ਹੈ ਸਲਫੋਸਲਫੁਰਾਨ ਤੇ ਪਲੱਸ ਆਪਾਂ 25 ਗ੍ਰਾਮ ਤੋਂ ਲੈ ਕੇ 40 ਗ੍ਰਾਮ ਤੱਕ ਆਪਾਂ ਮੈਟਰੀਬੂਜਨ ਆਪਾਂ ਦਵਾਈ ਵਿੱਚ ਸਪਰੇਅ ਕਰ ਸਕਦੇ ਆ ਇਹ ਆਪਣਾ ਪਿਛਲੇ ਸਾਲ ਦਾ ਤਜਰਬਾ ਕੀਤਾ ਹੋਇਆ ਜੀ ਖੇਤਾਂ ਦੇ ਵਿੱਚੋਂ ਪਿਛਲੇ ਸਾਲ ਕਈ ਕਿਸਾਨਾਂ ਨੇ ਇਸ ਦਾ ਤਜਰਬਾ ਕੀਤਾ ਸੀ ਤੇ ਬਹੁਤ ਵਧੀਆ ਰਿਜ਼ਲਟ ਜੀ ਬਾਕੀ ਹਲਕੇ ਜਾਂ ਰੇਤਲੇ ਵਾਹਨਾਂ ਦੇ ਜਿਨ੍ਹਾਂ ਵਿੱਚ ਮੈਗਨੀ ਦੀ ਘਾਟ ਜ਼ਿਆਦਾ ਆਉਂਦੀ ਏ ਉਹਨਾਂ ਖੇਤਾਂ ਦੇ ਵਿੱਚ ਪਹਿਲਾਂ ਇਹ ਘੱਟ ਇਰੀ ਦੇ ਵਿੱਚ ਘਟ ਜਮੀਨ ਵਿੱਚ ਟ੍ਰਾਇਲ ਕਰੋ 25 ਗ੍ਰਾਮ ਤੋਂ ਲੈ ਕੇ 40 ਗ੍ਰਾਮ ਤੱਕ ਆਪਾਂ ਅਸਲੀ ਡੋਜ਼ ਪਾ ਸਕਦੇ ਆ ਕੋਸ਼ਿਸ਼ ਕਰੋ ਕਿ ਪਹਿਲਾਂ ਜਿਵੇਂ ਆਪਾਂ 1-2 ਕਿਆਰੀਆਂ ਨੂੰ ਸਪਰੇਅ ਕਰਨੀ ਹੈ ਤਾਂ 30 ਗ੍ਰਾਮ ਤੇ ਸਪਰੇਅ ਕਰੋ ਕਿਉਂਕਿ ਚਲੋ ਇਸ ਵਾਰ ਥੋੜਾ ਘਟ ਕੰਟਰੋਲ ਹੋ ਜੂ ਤਾਂ ਅਗਲੇ ਸਾਲ ਵਾਸਤੇ ਆਪਾਂ ਨੂੰ ਤਜਰਬਾ ਹੋ ਜਾਊਗਾ ਵੀ ਆਪਣੇ ਖੇਤਾਂ ਜਿਹੜੇ ਜ਼ਮੀਨ ਨੇ ਕਿੰਨੀ ਆਪਾਂ ਮੈਟਰੀ ਬੂਡੀਆਂ ਵਿੱਚ ਸਪਰੇਅ ਕਰਕੇ ਤੇ ਆਪਾਂ ਇਸ ਨੂੰ ਚੰਗਾ ਵਧੀਆ ਰਿਜ਼ਲਟ ਲੈ ਸਕਦੇ ਆ ਜਿਸ ਨਾਲ ਆਪਣੇ ਕਣਕ ਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ ਤੇ ਆਪਣਾ ਜਿਹੜਾ ਗੁਲਦੀ ਡੰਡਾ ਉਹ ਵੀ ਵਧੀਆ ਕਾਫੀ ਹੱਦ ਤੱਕ ਕੰਟਰੋਲ ਹੋ ਜੇ ਇਹ ਵੀ ਦੋਵੇਂ ਆਪਾਂ ਕੱਲੇ ਲੀਡਰ ਦੇ ਨਾਲ ਵੀ ਆਪਾਂ ਇਸ ਨੂੰ ਪਾ ਸਕਦੇ ਆ ਤੇ ਜੇਕਰ ਆਪਾਂ ਨਾਲ ਚੌੜੀਪੱਤੇ ਨਦੀਨਾ ਵਾਸਤੇ ਵੀ ਵੈਸੇ ਜਿਹੜੀ ਮੈਟਰੀਬਿਊਜਨ ਹੈ ਕਾਫੀ ਜਿਹੜੇ ਚੌੜੀਪੱਤੇ ਨਦੀਨਾ ਨੂੰ ਵੀ ਕਾਫੀ ਹੱਦ ਤੱਕ ਕੰਟਰੋਲ ਕਰਦੀ ਏ ਬਾਕੀ ਜਿਹੜਾ ਟੋਟਲ ਜਾਂ ਮਾਰਕ ਪਾਵਰ ਏ 75 ਵਟ ਜੀ ਇੰਜਨ ਦੇ ਚ ਦੋ ਟੈਕਨੀਕਲ ਪਹਿਲਾਂ ਹੀ ਹੁੰਦੇ ਨੇ ਸਲਫੋਸਲਪੂਰਾਨ ਪਲੱਸ ਮੈਟਰੀਸਲਪੂ ਇੰਦੇ ਨਾਲ ਵੀ ਆਪਾਂ 25 ਗ੍ਰਾਮ ਤੋਂ ਲੈ ਕੇ 40 ਗ੍ਰਾਮ ਤੱਕ ਆਪਾਂ ਇਸ ਦਾ ਘੋਲ ਕੇ ਸਪਰੇਅ ਕਰ ਸਕਦੇ ਆ। ਬਾਕੀ ਇੱਕ ਗੱਲ ਦਾ ਧਿਆਨ ਰੱਖਣਾ ਵੀ ਜਿਹੜੇ ਆਪਾਂ ਖੇਤਾਂ ਦੇ ਵਿੱਚ ਟੋਟਲ ਜਾਂ ਮਾਰਕ ਪਾਵਰ ਜਾਂ ਆਪਾਂ ਲੀਡਰ ਕਲ ਕਲਾ ਵਰਤਦੇ ਆ ਤਾਂ ਉਹਨਾਂ ਖੇਤਾਂ ਦੇ ਵਿੱਚ ਆਪਾਂ ਸੋਨੀਵੇਲੇ ਚਰੀ ਜਾਂ ਮੱਕੀ ਨਾ ਬੀਜੋ ਕਿਉਂਕਿ ਉਸ ਜ਼ਮੀਨਾਂ ਵਿੱਚ ਫਿਰ ਇਸ ਦਾ ਬਾੜਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਚਰੀ ਤੇ ਜਵਾਰ ਤੇ ਜਾਂ ਆਪਣੀ ਮੱਕੀ ਦੀ ਫਸਲ ਤੇ ਬਾਕੀ ਜੇਕਰ ਅਕੁਲੀ ਰੰਡਾ ਅੜਿਆਲਾ ਹੋ ਚੁੱਕਿਆ ਤਾਂ ਆਪਾਂ ਇਹ ਕੰਬੀਨੇਸ਼ਨ ਵਰਤ ਸਕਦੇ ਆ ਇਹ ਆਪਾਂ ਕੋਰ ਤੇ ਸਪਰੇ ਵੀ ਕਰ ਸਕਦੇ ਆ ਕੋਰ ਤੇ ਆਪਾਂ ਨੂੰ ਤੀਜੇ ਦਿਨ ਪਾਣੀ ਲਾਉਣਾ ਜ਼ਰੂਰੀ ਹੈ ਤਾਂ ਹੀ ਆਪਾਂ ਵਧੀਆ ਰਿਜ਼ਲਟ ਲੈ ਸਕਦੇ ਆ ਤੇ ਆਪਾਂ ਪਾਣੀ ਲਗਾਉਣ ਤੋਂ ਬਾਅਦ ਵੀ ਜੇਕਰ ਆਪਣੇ ਖੇਤਾਂ ਵਿੱਚ ਗੁਲੀ ਰੰਡਾ ਜ਼ਿਆਦਾ ਹੈ ਤੇ ਆਪਾਂ ਪਾਣੀ ਲਾਉਣ ਤੋਂ ਬਾਅਦ ਜਦੋਂ ਜ਼ਮੀਨ ਬੱਤਰ ਤੇ ਆ ਸਹੀ ਬੱਤਰ ਤੇ ਸਪਰੇ ਕਰੋ 150 ਲੀਟਰ ਪਾਣੀ ਵਿੱਚ 25 ਤੋਂ 40 ਗ੍ਰਾਮ ਪਲਸ ਮੈਟਰੀਬੂਜਨ ਨਾਲ ਆਪਾਂ ਸਪਰੇ ਕਰ ਸਕਦੇ ਆ ਤਾਂ ਆਪਾਂ ਵਧੀਆ ਆਪਣੇ ਖੇਤਾਂ ਵਿੱਚ ਰਿਜ਼ਲਟ ਲੈ ਸਕਦੇ ਆ ਬਾਕੀ ਰੇਤਲੇ ਦੀ ਜਿਹੜੇ ਹਲਕੀਆਂ ਜ਼ਮੀਨਾਂ ਨੇ ਉਹ ਆਪਣੇ ਆਪਣਾ ਘਟ ਜਮੀਨ ਵਿੱਚ ਟ੍ਰੈਲ ਕਰਨਾ ਕਿਉਂਕਿ ਇਸ ਨਾਲ ਕਣਕ ਨੂੰ ਝਟਕਾ ਲੱਗਦਾ ਡਰ ਰਹਿਂਦਾ ਤੇ ਕਣਕ ਸੜ ਸਕਦੀ ਹੈ ਤੇ ਬਾਕੀ ਵਧੀਆ ਰਿਜ਼ਲਟ ਇਸ ਦਾ ਇਸ ਦਵਾਈਆਂ ਦਾ ਵੀ ਲੀਡਰ ਦੇ ਨਾਲプラス ਐਟਰੀਬਿਊਸ਼ਨ ਜਾਂ ਆਪਾਂ ਟੋਟਲ ਦੇ ਨਾਲ ਜਾਂ ਮਾਰਕ ਪਾਵਰ ਆਉਂਦੀ 75 ਡਬੂਜੀ 25 ਗ੍ਰਾਮ ਤੋਂ ਲੈ ਕੇ 40 ਗ੍ਰਾਮ ਤੱਕ ਆਪਾਂ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਡੋਜ਼ ਸੈੱਟ ਕਰ ਸਕਦੇ ਹਾਂ ਕਿੰਨੀ ਡੋਜ਼ ਨਾਲ ਆਪਣੇ ਖੇਤਾਂ ਵਿੱਚ ਉਹ ਨਦੀਨ ਆਸ਼ਕ ਜਾਂ ਗੁਲਦੀ ਣਡਾ ਕੰਟਰੋਲ ਹੁੰਦਾ ਹੈ ਤੇ ਆਪਾਂ ਵਧੀਆ ਰਿਜ਼ਲਟ ਲੈ ਸਕਦੇ ਹਾਂ ਤੇ ਬਾਕੀ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸੋ ਵੀਰ ਚੈਨਲ ਨੂੰ ਜੂ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ